ਕਿਸਾਨ ਦੋਸਤੋ, ਜੇਕਰ ਤੁਹਾਡੇ ਖੇਤ ਦੇ ਵਿੱਚ ਫਲਦਾਰ ਬੂਟੇ ਲੱਗੇ ਆ ਜਾਂ ਬਾਗ ਤੁਸੀਂ ਲਾਇਆ ਘਰ ਵਾਸਤੇ ਜਾਂ ਵਪਾਰ ਵਾਸਤੇ, ਅਤੇ ਜੇਕਰ ਤੁਸੀਂ ਖੇਤ ਦੀ ਵਾੜਬੰਦੀ ਕਰਨਾ ਚਾਹੁੰਦੇ ਆ, ਤਾਂ ਆਹ ਬਾਈ ਆਪਣੇ ਬਾਈ ਬਲਵੰਤ ਅਰਗੇ ਆਪਣੇ ਖੇਤ ਅੱਜ ਖੇਤ ਦੀ ਵਾੜ ਲਾ ਰਹੇ ਆ। ਬਾਈਆਂ ਦਾ ਪਿੰਡ ਹੈਗਾ ਘੱਲੂ ਅਤੇ ਜ਼ਿਲ੍ਹਾ ਫਾਜ਼ਿਲਕਾ, ਅਤੇ ਬਾਈ ਇਹਨਾਂ ਦਾ ਤਾਰ ਲਾਉਣ ਦਾ ਤਰੀਕਾ ਬਹੁਤ ਹੀ ਵਧੀਆ ਲੱਗਿਆ ਮੈਨੂੰ, ਅਤੇ ਮੈਂ ਸੋਚਿਆ ਵੀ ਆਪਾਂ ਤੁਹਾਡੇ ਨਾਲ ਇਹ ਵੀਡੀਓ ਸ਼ੇਅਰ ਕਰੀਏ, ਕਿਉਂਕਿ ਇੱਕ ਤਾਂ ਬਾਈ ਇਹ ਤਾਰ ਲਾਉਂਦੇ ਬਿਲਕੁਲ ਲੈਵਲ ਦੇ ਵਿੱਚ ਹੈ, ਬਿਲਕੁਲ ਸਿੱਧੇ ਖੰਭੇ ਅਤੇ ਬਿਲਕੁਲ ਲੈਵਲ ਦੇ ਵਿੱਚ, ਅਤੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ, ਅਤੇ ਬਾਈਆਂ ਨਾਲ ਤੁਸੀਂ ਸੰਪਰਕ ਕਰ ਸਕਦੇ ਜਿਨ੍ਹਾਂ ਇਹ ਤਾਰ ਲਵਾਉਣੀ ਹੈ, ਕਿਉਂਕਿ ਬਹੁਤ ਹੀ ਵਧੀਆ ਤਰੀਕੇ ਨਾਲ ਲਾਉਂਦੇ ਆ ਇਹਨਾਂ ਦਾ ਬਾਈ ਤਾਰ ਲਾਉਣ ਦਾ ਤਰੀਕਾ, ਅਤੇ ਜਿੰਨੀ ਇਹ ਤਾਰ ਕੱਸਦੇ ਆ ਮੇਰੇ ਹਿਸਾਬ ਨਾਲ ਬਾਈ ਆਪਾਂ ਤੋਂ ਨਹੀਂ ਇਹ ਕੱਸੀ ਜਾਂਦੀ, ਕਿਉਂਕਿ ਬਾਈ ਇਹਨਾਂ ਦਾ ਨਿੱਤ ਦਾ ਕੰਮ ਹੈ ਅਤੇ ਇਹਨਾਂ ਕੋਲ ਸੰਦੇ ਉਸ ਹਿਸਾਬ ਦੇ ਹੈ। ਆਹ ਇਹਨਾਂ ਕੋਲ ਜਿਵੇਂ ਆਪਾਂ ਟਰੈਕਟਰ ਦੇ ਪਾਉਂਦੇ ਹਾਂ ਦੂਜਾ ਆਪਣਾ ਡੰਡਾ, ਡੰਡਾ ਬਣਿਆ ਹੋਇਆ ਅਤੇ ਡੰਡੇ ਨਾਲ ਕੱਸਦੇ ਆ ਬਾਈ ਇਹ, ਅਤੇ ਤਾਰ ਵੀ ਐਂ ਹੱਥ ਨਾਲ ਆਪਾਂ ਨੱਪ ਨਹੀਂ ਸਕਦੇ ਇੰਨੀ ਜ਼ਿਆਦਾ ਕੱਸਦੇ ਆ। ਬਾਈ ਹੁਣ ਆਹ ਜਾਲੀ ਦਾ ਜੋੜ ਲਾ ਰਹੇ ਆ, ਅਤੇ ਜੋੜ ਦਾ ਬਾਈ ਪਤਾ ਵੀ ਨਹੀਂ ਲੱਗਦਾ ਵੀ ਜੋੜ ਲੱਗਿਆ ਕਿ ਨਹੀਂ ਲੱਗਿਆ ਜਾਲੀ ਦੇ ਵਿੱਚ, ਆਹ ਤੁਸੀਂ ਦੇਖ ਸਕਦੇ ਹੈ ਜਾਲੀ ਨੂੰ ਜੁਆਇੰਟ ਕਰ ਰਹੇ ਬਾਈ, ਅਤੇ ਫਿਰ ਕੇ ਉਵੇਂ ਮਤਲਬ ਕਿ ਉਹਦੇ ਵਿੱਚ ਫਿਕਸ ਹੀ ਹੋ ਜਾਂਦੀ ਹੈ, ਪਤਾ ਹੀ ਨਹੀਂ ਲੱਗਦਾ ਵੀ ਇਹ ਜੁਆਇੰਟ ਹੈ ਕਿ ਜਾਂ ਵੈਸੇ ਹੀ ਬਣੀ ਹੋਈ ਹੈ। ਸਾਰੀ ਵੀਡੀਓ ਤੁਹਾਨੂੰ ਸ਼ੇਅਰ ਕਰਾਂਗੇ ਜਿਵੇਂ ਜਿਵੇਂ ਬਾਈ ਕੰਮ ਕਰੀ ਜਾਂਦੇ ਆ। ਆਹ ਦੇਖੋ ਜੀ ਲੱਗ ਗਿਆ ਜੋੜ ਜੀ, ਹੁਣ ਕੋਈ ਜੱਜ ਵੀ ਨਹੀਂ ਕਰ ਸਕਦਾ ਜੀ ਵੀ ਇਹ ਜੁਆਇੰਟ ਹੈ ਕਿ ਕੀ ਹੈ। ਹਾਂਜੀ ਕਿਸਾਨ ਦੋਸਤੋ, ਆਪਣਾ ਜਾਲੀ ਦਾ ਕੰਮ ਹੁਣ ਕੰਪਲੀਟ ਹੋ ਗਿਆ ਸੀਗਾ, ਅਤੇ ਬਾਈ ਫ੍ਰੀ ਹੋ ਗਏ ਸੀ ਬਾਈ ਬਲਵੰਤ ਅਰਗੇ, ਅਤੇ ਬਾਈਆਂ ਨਾਲ ਆਪਾਂ ਕਰਦੇ ਹਾਂ ਗੱਲਬਾਤ, ਪੁੱਛਦੇ ਹਾਂ ਬਾਈਆਂ ਦਾ ਕਿੰਨਾ ਕੁ ਤਜਰਬਾ ਹੈ, ਕਿੰਨੇ ਚਿਰ ਦੇ ਬਾਈ ਕੰਮ ਕਰਦੇ ਆ ਅਤੇ ਕੀ ਗੱਲਬਾਤ ਹੈ। ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਠਾਕ ਜੀ? ਹਾਂਜੀ ਵਧੀਆ। ਅਤੇ ਬਾਈ ਜੀ ਥੋੜ੍ਹਾ ਜਿਹਾ ਉੱਚੀ ਬੋਲਣਾ ਆਪਾਂ, ਠੀਕ ਹੈ ਜੀ? ਹਾਂਜੀ, ਕਿਉਂਕਿ ਹਵਾ ਜ਼ਿਆਦਾ ਵਗਦੀ ਹੈ। ਓਕੇ ਬਾਈ, ਦੱਸੋਗੇ ਤੁਸੀਂ ਇਹ ਕੰਮ ਆਪਣਾ ਕਿੰਨੇ ਚਿਰ ਤੱਕ ਕਰਦੇ ਜੀ? 8-9 ਸਾਲ ਹੋ ਗਏ ਆਪਾਂ ਨੂੰ, ਕਦਾਂ ਵੱਡੇ ਭਰਾ ਹੋਣੇ ਤਾਂ ਕਰਦੇ ਆ, 15-15 ਸਾਲ ਹੋ ਗਏ ਜੀ। ਅੱਛਾ ਜੀ, ਵੱਡੇ ਭਰਾ ਰਹੇ ਨੂੰ 15-15 ਸਾਲ ਹੋ ਗਏ ਅਤੇ ਤੁਹਾਨੂੰ 8-9 ਸਾਲ ਹੋ ਗਏ? ਹਾਂਜੀ। ਅਤੇ ਬਾਈ ਜੀ ਤੁਸੀਂ ਨਾਲ ਹੀ ਹੁੰਦੇ ਜੀ? ਹਾਂਜੀ। ਆਪਣਾ ਕੀ ਨਾਂ ਹੈ ਜੀ? ਜੱਜ ਕੁਮਾਰ ਜੀ। ਜੱਜ ਕੁਮਾਰ, ਠੀਕ ਹੈ ਜੀ। ਅਤੇ ਬਾਈ ਆਪਣਾ ਥੋੜ੍ਹਾ ਜਿਹਾ ਨੇੜ ਨੂੰ ਹੋ ਜਾਏ ਜੀ, ਅਤੇ ਆਪਣਾ ਪਿੰਡ ਦੱਸੋਗੇ ਬਾਈ ਕਿਹੜਾ ਜੀ? ਆਪਣਾ ਪਿੰਡ ਘੱਲੂ ਹੈ ਜੀ, ਜ਼ਿਲ੍ਹਾ ਫਾਜ਼ਿਲਕਾ ਪੈ ਜਾਂਦਾ ਜੀ। ਪਿੰਡ ਘੱਲੂ? ਜ਼ਿਲ੍ਹਾ ਫਾਜ਼ਿਲਕਾ। ਜ਼ਿਲ੍ਹਾ ਫਾਜ਼ਿਲਕਾ, ਹਾਂਜੀ, ਠੀਕ ਹੈ ਜੀ। ਅਤੇ ਬਾਈ ਜਿਹੜੀ ਤੁਹਾਡੀ ਸਰਵਿਸ ਹੈ ਆਲ ਪੰਜਾਬ ਹੀ ਹੈ ਜੀ? ਹਾਂਜੀ, ਆਲ ਪੰਜਾਬ, ਰਾਜਸਥਾਨ, ਕੁਝ ਕਿਹੜਾ ਵੀ ਹੋਵੇ ਜੀ। ਅੱਛਾ ਜੀ, ਹਰ ਥਾਂ ਜਾਂਦੇ ਆ ਜੀ? ਹਾਂਜੀ ਹਾਂਜੀ, ਠੀਕ ਹੈ ਜੀ। ਅਤੇ ਕਿਸਾਨ ਦੋਸਤ ਤੁਸੀਂ ਦੇਖ ਸਕਦੇ ਵੀ ਬਾਈਆਂ ਨੇ ਜਿਹੜੀ ਤਾਰ ਆ ਬਿਲਕੁਲ ਜਮਾਂ ਇੱਕੋ